ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵੱਲੋਂ ਪੇਸ਼ ਹੈ ਚੋਣ ਸਰਗਰਮੀਆਂ ਤੇ ਚੋਣ ਅਖਾੜਾ ਨਗਰ ਪੰਚਾਇਤ ਖੇਮਕਰਨ ਚੋਣਾਂ 2027 ਬਾਅਦ ਹਲਕਾ ਖੇਮਕਰਨ ਅੰਦਰ ਆਉਂਦੇ ਨਗਰ ਪੰਚਾਇਤ ਖੇਮਕਰਨ ਵਿਖੇ ਚੋਣ ਅਖਾੜਾ ਪੂਰੀ ਤਰ੍ਹਾਂ ਭੱਗ ਗਿਆ ਹੈ। ਪੇਸ਼ ਹੈ ਇਸ ਸੰਬੰਧੀ ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਵੱਲੋਂ ਤਿਆਰ ਕੀਤੀ ਇਹ ਵਿਸ਼ੇਸ਼ ਰਿਪੋਰਟ। ਭਾਰਤ ਪਾਕਿਸਤਾਨ ਸਰਹੱਦ ਦੇ ਐਨ ਨਜ਼ਦੀਕ ਬੁੱਕਲ ਵਿੱਚ ਵਸਿਆ ਕਸਬਾ ਖੇਮਕਰਨ ਦੇਸ਼ ਦੀ ਵੰਡ ਤੋਂ ਪਹਿਲਾਂ ਕੁੱਗ ਵਸਦਾ ਅਤੇ ਵਪਾਰਕ ਪੱਖੋਂ ਵਿਕਸਿਤ ਸ਼ਹਿਰ ਹੁੰਦਾ ਸੀ, ਜੋ ਉਸ ਵੇਲੇ ਕਸੂਰ ਸ਼ਹਿਰ ਅਤੇ ਲਾਹੌਰ ਸ਼ਹਿਰ ਦੇ ਵਿਚਕਾਰ ਮੁੱਖ ਸ਼ਹਿਰ ਵਜੋਂ ਜਾਣਿਆ ਜਾਂਦਾ ਅਤੇ ਰੇਲਵੇ ਲਿੰਕ ਅਤੇ ਸੜਕਾਂ ਰਾਹੀਂ ਸਾਰੇ ਮੁੱਖ ਸ਼ਹਿਰਾਂ ਨਾਲ ਜੁੜਦਾ ਸੀ। ਦੇਸ਼ ਦੀ ਵੰਡ ਵੇਲੇ ਹੰਢਾਏ ਸੰਤਾਪ ਤੋਂ ਬਾਅਦ ਸਭ ਤੋਂ ਪਹਿਲਾਂ ਕਹਿਰ 1965 ਦੀ ਭਾਰਤ ਪਾਕਿਸਤਾਨ ਜੰਗ ਵੇਲੇ ਇਸ ਸ਼ਹਿਰ 'ਤੇ ਟੁੱਟਿਆ, ਜਦੋਂ ਇਹ ਸ਼ਹਿਰ ਪਾਕਿਸਤਾਨੀ ਫੌਜਾਂ ਦੇ ਕਬਜ਼ੇ ਵਿੱਚ ਆ ਗਿਆ ਅਤੇ ਉਹਨਾਂ ਨੇ ਇਸ ਸ਼ਹਿਰ ਨੂੰ ਬੁਰੀ ਤਰ੍ਹਾਂ ਨਾਲ ਲੁੱਟਿਆ ਅਤੇ ਉਜਾੜ ਦਿੱਤਾ। ਸਮੇਂ ਦੇ ਨਾਲ ਨਾਲ ਫਿਰ ਜਦੋਂ ਇਹ ਸ਼ਹਿਰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਲੱਗਾ ਤਾਂ ਪੰਜਾਬ ਅੰਦਰ ਆਏ ਖਾੜਕੂਵਾਦ ਦੇ ਦੌਰ ਨੇ ਇਸ ਸ਼ਹਿਰ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ। ਸ਼ਹਿਰ ਤੋਂ ਕਸਬਾ ਬਣ ਗਿਆ ਇਹ ਖੇਮਕਰਨ ਵਿਕਾਸ ਦੀ ਦੌੜ ਵਿੱਚ ਕਾਫ਼ੀ ਪਛੜ ਗਿਆ। ਇਸ ਕਸਬੇ ਵਿੱਚ ਨਗਰ ਪੰਚਾਇਤ ਬਣਨ ਤੋਂ ਬਾਅਦ ਇੱਥੇ ਕੁਝ ਵਿਕਾਸ ਕਾਰਜ ਹੋਣੇ ਸ਼ੁਰੂ ਤਾਂ ਹੋਏ, ਪਰ ਸ਼ਹਿਰ ਦੇ ਮੁੱਖ ਬਾਜ਼ਾਰ ਗਲੀ ਮੁਹੱਲੇ ਕਾਫ਼ੀ ਭੀੜੇ ਹੋਣ ਕਾਰਨ ਵਿਕਾਸ ਕਾਰਜ ਕਰਵਾਉਣ ਵਿੱਚ ਵੀ ਕਾਫ਼ੀ ਮੁਸ਼ਕਲਾਂ ਆਉਂਦੀਆਂ ਰਹੀਆਂ। ਪਰ ਸਥਾਨਕ ਨਿਵਾਸੀ ਲੋਕਾਂ ਦਾ ਰੋਸ ਹੈ ਕਿ ਪਿਛਲੀ ਸਰਕਾਰ ਨੇ ਨਾ ਤਾਂ ਕੋਈ ਵਿਕਾਸ ਕਾਰਜ ਕਰਵਾਇਆ ਹੈ, ਜਿਸ ਕਾਰਨ ਸ਼ਹਿਰ ਵਿੱਚ ਪਾਣੀ ਦੇ ਨਿਕਾਸ ਅਤੇ ਸਾਫ਼ ਸਫਾਈ ਦੀ ਵੱਡੀ ਸਮੱਸਿਆ ਹੈ। ਸ਼ਹਿਰ ਦੇ ਅੰਦਰ ਦਾਖਲ ਹੁੰਦਿਆਂ ਹੀ ਕੂੜਾ ਕਰਕਟ ਖਿਲਰਿਆ ਨਜ਼ਰ ਆਉਂਦਾ ਹੈ। ਮਾਮੂਲੀ ਮੀਂਹ ਪੈਣ ਨਾਲ ਸ਼ਹਿਰ ਦੀਆਂ ਸੜਕਾਂ 'ਤੇ ਪਾਣੀ ਖੜ੍ਹਾ ਹੋ ਜਾਂਦਾ ਹੈ। ਸਥਾਨਕ ਲੋਕਾਂ ਦਾ ਰੋਸ ਹੈ ਕਿ ਸਰਹੱਦੀ ਇਲਾਕਾ ਹੋਣ ਕਾਰਨ ਇੱਥੇ ਜਿਸ ਪੱਧਰ ਦੇ ਵਿਕਾਸ ਕਾਰਜ ਹੋਣੇ ਚਾਹੀਦੇ ਨੇ ਉਹ ਨਹੀਂ ਹੋ ਸਕੇ। ਹੁਣ 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਪੰਚਾਇਤ ਦੀਆਂ 13 ਸੀਟਾਂ ਲਈ ਨਾਮਜ਼ਦਗੀਆਂ ਦਾਖਲ ਹੋਣ ਤੋਂ ਬਾਅਦ 5 ਨੰਬਰ, 8 ਨੰਬਰ ਅਤੇ 13 ਨੰਬਰ ਵਾਰਡ 'ਤੇ ਵੋਟਾਂ ਹੋਣ ਜਾ ਰਹੀਆਂ ਨੇ। ਬਾਕੀ 13 ਵਿੱਚੋਂ 10 ਵਾਰਡਾਂ ਸੱਤਾਧਾਰੀ ਪਾਰਟੀ ਕਾਂਗਰਸ ਦੇ ਉਮੀਦਵਾਰ ਬਿਨਾਂ ਮੁਕਾਬਲੇ ਕਰਾਰ ਦਿੱਤੇ ਗਏ ਹਨ, ਜਦਕਿ ਅਕਾਲੀ ਉਮੀਦਵਾਰਾਂ ਵੱਲੋਂ ਸੱਤਾਧਾਰੀ ਧਿਰ ਕਾਂਗਰਸ ਉੱਪਰ ਪੁਲਿਸ ਧੱਕੇਸ਼ਾਹੀ ਅਤੇ ਨਾਮਜ਼ਦਗੀ ਕਾਗਜ਼ ਰੱਦ ਕਰਵਾਉਣ ਦੇ ਦੋਸ਼ ਲਗਾਏ ਗਏ ਨੇ। ਵਾਰਡ ਨੰਬਰ 8 ਵਿੱਚ ਅਕਾਲੀ ਉਮੀਦਵਾਰ ਬੀਬੀ ਮਨਦੀਪ ਕੌਰ ਅਤੇ ਕਾਂਗਰਸੀ ਉਮੀਦਵਾਰ ਬੀਬੀ ਕੁਲਵੰਤ ਕੌਰ ਵਿਚਕਾਰ ਸਿੱਧਾ ਮੁਕਾਬਲਾ ਹੈ, ਜਦਕਿ ਵਾਰਡ ਨੰਬਰ 5 ਵਿੱਚ ਅਕਾਲੀ ਉਮੀਦਵਾਰ ਬੀਬੀ ਰਣਜੀਤ ਕੌਰ, ਕਾਂਗਰਸੀ ਉਮੀਦਵਾਰ ਬੀਬੀ ਪਰਮਜੀਤ ਕੌਰ ਅਤੇ ਆਜ਼ਾਦ ਉਮੀਦਵਾਰ ਬੀਬੀ ਇੰਦਰ ਕੌਰ ਵਿਚਕਾਰ 3 ਧਿਰੀ ਮੁਕਾਬਲਾ ਹੈ। ਇਸੇ ਤਰ੍ਹਾਂ ਵਾਰਡ ਨੰਬਰ 13 ਤੋਂ ਅਕਾਲੀ ਉਮੀਦਵਾਰ ਸ਼ੇਰ ਸਿੰਘ, ਕਾਂਗਰਸੀ ਉਮੀਦਵਾਰ ਸਾਦਿਕ ਸਿੰਘ ਅਤੇ ਆਜ਼ਾਦ ਉਮੀਦਵਾਰ ਭਾਗ ਸਿੰਘ ਵਿਚਕਾਰ ਤਿਕੋਣੀ ਟੱਕਰ ਹੈ। ਕਾਂਗਰਸ ਵੱਲੋਂ ਪਹਿਲਾਂ ਹੀ 10 ਸੀਟਾਂ ਹਾਸਲ ਹੋਣ ਕਾਰਨ ਸ਼ਹਿਰ ਦੇ ਲੋਕਾਂ ਦੁਆਰਾ ਹੁਣ ਤੋਂ ਹੀ ਨਗਰ ਪੰਚਾਇਤ ਦਾ ਪ੍ਰਧਾਨ ਬਣਾਉਣ ਨੂੰ ਲੈ ਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ, ਪਰ ਇਹ ਤਾਂ 17 ਦਸੰਬਰ ਨੂੰ ਹੋਣ ਵਾਲੇ ਚੋਣ ਨਤੀਜਿਆਂ ਤੋਂ ਬਾਅਦ ਹੀ ਤੈਅ ਕੀਤਾ ਜਾਵੇਗਾ ਕਿ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ 'ਤੇ ਸੱਜਣਾ ਹੈ। ਸ਼ਹਿਰ ਦੇ ਲੋਕਾਂ ਦੀ ਮੰਗ ਹੈ ਕਿ ਜੋ ਵੀ ਨਵਾਂ ਪ੍ਰਧਾਨ ਬਣੇ ਉਹ ਸ਼ਹਿਰ ਦੇ ਵਿਕਾਸ ਕਾਰਜ ਸਾਫ਼ ਸਫਾਈ ਅਤੇ ਸੀਵਰੇਜ ਦੇ ਪ੍ਰਬੰਧ ਸੁਚਾਰੂ ਰੂਪ ਨਾਲ ਚਲਾਉਣ ਲਈ ਕਦਮ ਉਠਾਵੇ। ਮੋਬਾਈਲ ਖੋਲ੍ਹ ਕੇ ਆਪ ਦੀ ਜੇਬ ਵਿੱਚ ਪਾ ਲਏ ਨੇ, ਸਾਨੂੰ ਤੰਗ ਪਰੇਸ਼ਾਨ ਕਰਦੇ ਪਏ ਨੇ, ਇਹ ਕੰਮ ਨਹੀਂ ਹੋਣਾ ਚਾਹੀਦਾ। ਮੇਰੀ ਬੇਟੀਆਂ ਨੂੰ ਵੀ ਪਰੇ ਧੱਕੇ ਮਾਰੇ ਨੇ, ਮੇਰੇ ਬੇਟਿਆਂ ਨੂੰ ਮਾਰੇ ਨੇ, ਬੇਟਾ ਮੇਰਾ ਜਵਾਨ ਨਾਲ ਲੈ ਗਏ ਨੇ, ਪਰ ਇਹ ਗੱਲ ਗਲਤ ਆ। ਜਿਹੜੀ ਵੀ ਸਰਕਾਰ ਆਵੇ ਮਤਲਬ ਸਹੀ ਰਮਾਨ ਦੇ ਨਾਲ ਵੋਟਾਂ ਪੈ। ਮੇਰਾ ਨਾਂ ਸਰਵਣ ਸਿੰਘ ਹੈ ਜੀ, ਅਤੇ ਮੈਂ 12 ਵਾਰ 'ਚ ਅਕਾਲੀ ਦਲ ਵੱਲੋਂ ਖਲੋਤਾ ਸੀ ਅਤੇ ਮੇਰੇ ਕਾਗਜ਼ ਗਲਤ ਕਰਾ ਦਿੱਤੇ ਗਏ ਅਤੇ ਮੇਰੇ ਕੋਲ ਵੋਟਾਂ ਕਾਫੀ ਸੀ ਅਤੇ ਉਹ ਮੇਰਾ ਡਰ ਹੋਊ ਵੀ ਜਿੱਤ ਨਾ ਜਾਂਦਾ ਹੋਵੇ, ਇਸ ਕਰਕੇ ਮੇਰੇ ਕਾਗਜ਼ ਜਿਹੜੇ ਗਲਤ ਕਰ ਦਿੱਤੇ ਆ। ਭਾਈ, ਮੈਂ ਗੁਰਵਿੰਦਰ ਕੌਰ, ਸਾਬਕਾ MC 11 ਵਾਰਡ ਨੰਬਰ ਦੀ। ਮੇਰੇ ਪਹਿਲਾਂ ਮੈਂ 5 ਸਾਲ ਲੋਕਾਂ ਦੀ ਸੇਵਾ ਕੀਤੀ ਆ, ਲੋਕ ਸਾਰੇ ਮੇਰੇ ਨਾਲ ਜੁੜੇ ਹੋਏ ਸੀ, ਹੁਣ ਵੀ ਮੇਰੇ ਨਾਲ ਲੋਕ ਮੈਨੂੰ ਸਮਰਥਨ ਦੇ ਰਹੇ ਨੇ। ਅਤੇ ਮੈਂ ਕਾਗਜ਼ ਭਰਨ ਜਾ ਰਹੀ ਸੀ ਤਾਂ ਉਸ ਦਿਨ ਜਿਸ ਦਿਨ ਕਾਗਜ਼ ਭਰਨੇ ਸੀ, ਮੇਰੇ ਪਤੀ ਨੂੰ 4 ਵਜੇ ਪੁਲਿਸ ਮੇਰੇ ਘਰ ਆਈ ਆ, ਪਤੀ ਮੇਰੇ ਨੂੰ ਭਜਾਇਆ ਹੈ, ਫਿਰ ਮੇਰੇ ਬੱਚੇ ਵੀ ਨਹੀਂ ਉਸ ਦਿਨ ਦੇ ਘਰ। ਜਿਸ ਦਿਨ ਅਸੀਂ ਕਾਗਜ਼ ਭਰੇ, 5 ਵਾਰ ਰੇਟ ਕੀਤੀ ਗਈ ਆ ਸਾਡੇ ਘਰ ਕੋਈ ਨਹੀਂ ਸੀ ਹੈਗਾ। ਅਤੇ ਅੱਜ 4 ਦਿਨ ਬਾਅਦ ਮੇਰੇ ਬੱਚੇ ਮੇਰੇ ਘਰ ਆਏ ਆ, ਅਤੇ ਅੱਜ ਫਿਰ ਦੁਬਾਰਾ 12 ਵਜੇ ਫੋਰਸ 5-7 ਬੰਦੇ ਫਿਰ ਮੇਰੇ ਘਰ ਛਾਪਾਮਾਰੀ ਕੀਤੀ ਗਈ ਆ।
ਮੈਨੂੰ ਚਾਰ ਗੱਡੀਆਂ ਲੈ ਕੇ ਗਈਆਂ ਇਹਨਾਂ ਨੇ ਰਾਹ 'ਚ ਨਾਕੇ ਲਾਏ ਹੋਏ ਸੀ। ਮੈਂ ਚਾਰ ਗੱਡੀਆਂ ਬਦਲ ਬਦਲ ਕੇ ਅਤੇ ਕੋਰਟ ਪਹੁੰਚੀ ਹਾਂ, ਫਿਰ ਮੈਂ ਕਾਗਜ਼ ਦਾਖਲ ਕੀਤੇ। ਤੇ ਮਤਲਬ ਕਿ ਜੇਕਰ ਤੁਹਾਨੂੰ ਟਿਕਟ ਜਿਹੜੀ ਹੈ ਤੁਹਾਡੇ ਪੇਪਰ ਸਹੀ ਪਾਏ ਜਾਂਦੇ ਤੇ ਤੁਸੀਂ ਸੀਟ ਕੱਢਦੇ ਸੀਗੇ? ਹਾਂਜੀ ਬਿਲਕੁਲ ਜੀ। ਤੇ ਕੀ ਇਹੋ ਡਰ? ਮੈਂ 5 ਸਾਲ ਲੋਕਾਂ ਦੀ ਸੇਵਾ ਕੀਤੀ ਆ, ਸਾਰੇ ਲੋਕ ਸਾਰੇ ਵਾਰਡ 11 ਨੰਬਰ ਵਾਰਡ ਮੇਰੇ ਨਾਲ ਆ, ਅੱਜ ਵੀ ਮੇਰੇ ਨਾਲ। ਕਸਬੇ ਅੰਦਰ ਵੱਖ ਵੱਖ ਥਾਵਾਂ ਤੇ ਇਕੱਠੇ ਹੋਏ ਲੋਕ ਆਪਸ ਵਿੱਚ ਚੋਣਾਂ ਨੂੰ ਲੈ ਕੇ, ਚੋਣ ਚਰਚਾ ਤੇ ਚੋਣ ਮੁੱਦਿਆਂ ਨੂੰ ਲੈ ਕੇ ਬਹਿਸਬਾਜ਼ੀ ਕਰਦੇ ਨਜ਼ਰ ਆਉਂਦੇ ਨੇ। ਗਲੀ ਦੇ ਵਿੱਚ ਗੁੱਡ ਗੁੱਡੇ ਪਾਣੀ ਦਾ ਸੀਵਰ ਸਾਰੇ ਬੰਦ ਹੋਇਆ ਹੁੰਦਾ, ਅਗਲੇ ਬੰਨੇ ਇੱਕ ਨਾਲਾ ਉਹ ਸਾਰਾ ਉਛਲ ਡਿਆ, ਉਹਨੂੰ ਨਹੀਂ ਕੁਛ ਸਾਂਭਦਾ। ਬਸ ਇੰਨੀ ਗੱਲ ਹੀ ਆ, ਸ਼ਹਿਰ ਦਾ ਕਿਸੇ ਨਹੀਂ, ਕਿਸੇ ਸਰਕਾਰ ਨੇ ਸੋਚਿਆ ਵੀ ਇਹ ਪਾਣੀ ਕਿਸੇ ਨਾ ਕਿਸੇ ਬੰਨੇ ਕੱਢੀਏ। ਚਲੋ ਇਹ ਜਿਹੜਾ ਗੁਰਦੁਆਰੇ ਦਾ ਮੂੰਹ ਆ ਉਹ ਤਾਂ ਸਾਫ਼ ਕਰੀਏ। ਹੋਰ ਪਿੰਡ ਦੇ ਵਿੱਚ ਕਿਹੋ ਜਿਹੀ ਨੁਹਾਰ ਆ? ਹੋਰ ਸਾਰੀ ਗਲੀਆਂ ਸੁਣੀਆਂ ਹੀ ਇਸੇ ਤਰ੍ਹਾਂ ਹੀ ਆ, ਕੋਈ ਟੱਠੀ ਆ, ਕੋਈ ਬਣੀ ਆ, ਕੋਈ ਟੱਠੀ ਆ, ਜਿਹੜੀਆਂ ਬਣੀਆਂ ਨੇ ਉਹ ਟੱਠੀਆਂ, ਉਹ ਟੱਠੀਆਂ ਮਗਰੋਂ ਢੈਡਾ ਹੱਥ ਹੈ ਪਹਿਲਾਂ। ਇਹ ਮਹਾਰਾਜ ਦੇ ਘਰੂ ਜਿਹੜੇ ਉਹ ਉਹਦੇ ਬਣਾਉਣ, ਉਹਦੇ ਬਣਨਾ ਚਾਹੀਦਾ ਨਾ। ਜ਼ਿਆਦਾਤਰ ਬਜ਼ੁਰਗ ਤਾਸ਼ ਖੇਡਦੇ ਜਾਂ ਆਪਸ ਵਿੱਚ ਗੱਲਾਂ ਕਰਦੇ ਹੋਏ ਕਸਬੇ ਦੀਆਂ ਸਮੱਸਿਆਵਾਂ ਦਾ ਜ਼ਿਕਰ ਤਾਂ ਕਰਦੇ ਨੇ, ਪਰ ਕੈਮਰੇ ਅੱਗੇ ਬੋਲਣ ਤੋਂ ਕੰਨੀ ਕਤਰਾਉਂਦੇ ਨੇ। ਤੁਸੀਂ ਖੜੇ ਜੇ? ਮੈਂ ਜੀ ਰੋਡ ਉੱਤੇ ਖੜੋਤਾ, ਥਾਣੇ ਦੇ ਲਾਗੇ। ਨਹੀਂ ਕਿਹੜਾ ਜਗ੍ਹਾ, ਸ਼ਹਿਰ ਕਿਹੜਾ? ਸ਼ਹਿਰ ਖੇਮਕਰਨ। ਹਾਂਜੀ, ਅਤੇ ਕੀ ਆ ਜਿਹੜੀ ਮਤਲਬ ਕਿ ਹੁਣ ਮਾਲ ਚੋਣਾਂ ਚੱਲ ਰਹੀਆਂ ਨੇ, ਕੀ ਮੁਸ਼ਕਲਾਂ ਤੁਹਾਨੂੰ ਪੇਸ਼ ਆ ਰਹੀਆਂ ਪਹਿਲੇ ਪਿਛਲੇ ਸਮੇਂ ਤੋਂ, ਅਤੇ ਜਾਂ ਆਉਣ ਵਾਲੇ ਸਮੇਂ 'ਚ ਕਿਹੋ ਜਿਹੀਆਂ ਮੁਸ਼ਕਲਾਂ ਪੇਸ਼ ਆ ਸਕਦੀਆਂ? ਗੱਲ ਜੀ ਸਾਨੂੰ ਪਿਛਲੀ ਸਰਕਾਰ ਦਾ ਵੀ ਕੋਈ ਪਤਾ, ਗਾਂਹ ਦੀ ਸਰਕਾਰ ਦਾ ਪਤਾ ਕੋਈ ਨਹੀਂ ਗਾ, ਅਤੇ ਜਿਹੜੇ ਉਹਨਾਂ ਭਾਈ ਇਸ ਇਲਾਕੇ 'ਚ ਪੈਪ ਪੂ ਪਾਏ ਨਾ, ਉਹ ਸਾਰੇ 8 ਇੰਚੀ ਜਾਂ 6 ਇੰਚੀ 4 ਇੰਚੀ ਪਾਏ ਨੇ। ਜਿਹੜਾ ਪਾਣੀ ਦਾ ਵਿਕਾਸ, ਕੋਈ ਵਿਕਾਸ ਨਹੀਂ ਹੈਗਾ ਇੱਥੋਂ ਦਾ, ਇੱਥੇ ਬਹੁਤ ਗੰਦ ਪਿਆ ਸ਼ਹਿਰ ਦੇ ਵਿੱਚ, ਕੋਈ ਹਾਲਤ ਨਹੀਂ ਸ਼ਹਿਰ ਦੀ ਹੈਗੀ। ਪੁਰਾਣੀ ਸਰਕਾਰ ਆਈ ਆ, ਉਹਦਾ ਪਤਾ ਨਹੀਂ ਕੀ ਕਰੇ ਕੀ ਡਾਕਟਰ ਲੈ ਕੇ ਆਏ, ਅਤੇ ਡਾਕਟਰ ਵੀ ਆਉਂਦੇ ਨੇ ਅਤੇ ਉਹ 12 ਵਜੇ ਤੋਂ ਪਹਿਲਾਂ ਮੁੜ ਕੇ ਘਰ ਨੂੰ ਮਿਲ ਜਾਂਦੇ ਨੇ। ਕੋਈ ਇੱਥੇ ਜਿਹੜੀ ਕੋਈ ਦਵਾਈ ਲੈਣੀ ਆ, ਉਹ ਵੀ ਆਖਦੇ ਚੰਗਾ ਪੱਟੀ ਕਟਾਓ, ਪੱਟੀ ਕਟਾ ਤੀ, ਦਵਾਈ ਲੈ ਕੇ ਲੈ ਲਓ ਪਿਆ ਜਾ ਕੇ ਦਿੰਦੇ, ਕੁਛ ਨਹੀਂ ਜੇ ਕੋਈ ਦਿੰਦੇ ਨਹੀਂ। ਹਾਂਜੀ ਹਸਪਤਾਲ ਵਾਲੇ ਇੱਥੇ ਕੁਛ ਨਹੀਂ ਜੇ ਦਿੰਦੇ। ਹਾਂ ਸੁਣ ਰਹੇ ਤੁਹਾਡੇ ਸਾਨੂੰ? ਵਾਰਡ ਨੰਬਰ 8 ਤੋਂ ਕਾਂਗਰਸੀ ਉਮੀਦਵਾਰ ਬੀਬੀ ਕੁਲਵੰਤ ਕੌਰ ਵੱਲੋਂ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਵਾਰਡ ਦੀ ਸੀਟ ਜਿੱਤ ਕੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਝੋਲੀ ਵਿੱਚ ਪਾਉਣਗੇ। ਉਹਨਾਂ ਵੱਲੋਂ ਘਰ ਘਰ ਜਾ ਕੇ ਵੋਟਾਂ ਮੰਗੀਆਂ ਜਾ ਰਹੀਆਂ ਨੇ। ਅਸੀਂ ਵੋਟਾਂ ਤੁਹਾਨੂੰ ਪਾਵਾਂਗੇ ਜੀ, ਕਾਮਯਾਬ ਕਰਾਂਗੇ, ਸੁਖਪਾਲ ਭੁੱਲਰ ਦੀ ਝੋਲੀ 'ਚ ਸੀਟ ਜਿੱਤ ਕੇ ਪਾਵਾਂਗੇ। ਵਾਰਡ ਦੇ ਵੋਟਰਾਂ ਵੱਲੋਂ ਉਹਨਾਂ ਨੂੰ ਭਰੋਸਾ ਦਵਾਇਆ ਜਾ ਰਿਹਾ ਹੈ। ਕਿਹੜੀ ਪਾਰਟੀ ਵੱਲੋਂ ਉਮੀਦਵਾਰ ਬਣਾਏ ਗਏ ਜੀ? ਅਸੀਂ, ਮੇਰਾ ਨਾਮ ਕੁਲਵੰਤ ਕੌਰ ਹੈ, 8 ਵਾਰਡ ਸਾਡੀ ਕਾਂਗਰਸ ਵੱਲੋਂ। ਅੱਛਾ, ਤੇ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਲੋਕਾਂ ਵਿੱਚ ਜਾ ਰਹੇ ਜੀ? ਕਿਹੜੇ ਮੁੱਦੇ ਲੈ ਕੇ ਤੁਸੀਂ ਲੋਕਾਂ ਵਿੱਚ ਜਾ ਰਹੇ ਜੀ? ਖਾਸ ਤੇ ਮੁੱਦਿਆਂ ਤੇ ਅਸੀਂ ਖੜੇ ਹਾਂ। ਤੇ ਕੀ ਇਹ ਸੀਟ ਜਿਹੜੀ ਜਿੱਤ ਕੇ ਤੁਸੀਂ ਕਿੰਨਾ ਝੋਲੀ ਵਿੱਚ ਪਾਓਗੇ? ਅਸੀਂ ਐਂਬਲ ਦੀ ਝੋਲੀ ਵਿੱਚ, ਝੋਲੀ 'ਚ ਅਸੀਂ ਇਹ ਸੀਟ ਜਿੱਤ ਕੇ ਪਾ ਦਾਂਗੇ। ਕਿੰਨੀਆਂ ਸੀਟਾਂ ਜਿਹੜੀਆਂ ਨੇ ਪਾਰਟੀ ਵੱਲੋਂ ਜਿੱਤ ਗਏ ਅਤੇ ਕਿੰਨੀਆਂ ਸੀਟਾਂ 'ਤੇ ਚੋਣ ਹੋਣ ਜਾ ਰਹੀਆਂ? 10 ਸੀਟਾਂ। ਬਾਕੀ ਕਿੰਨੀਆਂ ਰਹਿ ਗਈਆਂ ਹੁਣ? 3 ਸੀਟਾਂ ਰਹਿ ਗਈਆਂ। ਤੇ ਇਹ ਵੀ ਜਿੱਤੀਆਂ ਜਾਣਗੀਆਂ ਤੁਹਾਡੇ ਨਾਲ? ਕੁਲਵੰਤ ਕੌਰ ਚੋਣਾਂ ਦੇ ਵਿੱਚ ਕੈਂਡੀਡੇਟ ਹਨ, ਮੈਂ ਉਹਨਾਂ ਵਾਸਤੇ ਦਿਨ ਰਾਤ ਆਪਣਾ ਇਹ ਕਰਕੇ ਚੋਣਾਂ ਜਿੱਤਾਂਗੇ। ਕਿਹੋ ਜਿਹਾ ਤੁਹਾਨੂੰ ਲੋਕਾਂ 'ਚ ਹੰਗਾਰਾ ਮਿਲ ਰਿਹਾ? ਮੈਨੂੰ ਲੋਕਾਂ ਦੇ ਵਿੱਚ ਬਹੁਤ ਚੰਗਾ ਹੰਗਾਰਾ ਮਿਲ ਰਿਹਾ ਕਿ ਜਿੱਤ ਕੇ ਅਸੀਂ ਸਦਾ ਗਕੇਸ ਸਿੰਘ ਦੀ ਝੋਲੀ ਦੇ ਵਿੱਚ ਪਾਵਾਂਗੇ। ਅਤੇ ਕਿਹੜੇ ਵਾਰਡ ਤੋਂ ਚੋਣ ਲੜ ਰਿਹਾ? ਚੋਣ 8 ਵਾਰਡ ਤੋਂ ਅਸੀਂ ਆਪਦੀ ਲੜ ਰਹੇ ਹਾਂ ਜੀ। ਅਤੇ ਕਿੰਨਾ ਕੁ ਮੁਕਾਬਲਾ ਜਿਹੜਾ ਤੁਸੀਂ ਸਮਝਦੇ ਕਿ ਸਖ਼ਤ ਹੈਗਾ? ਇੱਥੇ ਬਹੁਤ ਸਖ਼ਤ ਮੁਕਾਬਲਾ ਹੈ, ਅਕਾਲੀ ਦਲ ਦਾ ਅਤੇ ਕਾਂਗਰਸ ਪਾਰਟੀ ਦਾ ਮੁਕਾਬਲਾ ਹੈ, ਅਤੇ ਅਸੀਂ ਬੜੀ ਸ਼ਾਨੋ ਸ਼ੌਕਤ ਨਾਲ ਆਪਦਾ ਜਿੱਤਾਂ। ਕੀ ਨਾਂ ਆਪਣਾ ਅਤੇ ਕਿਹੋ ਜਿਹਾ ਤੁਹਾਡਾ ਜਿਹੜਾ ਇਹ 8 ਨੰਬਰ ਵਾਰਡ ਦੇ ਵਿੱਚ ਖੇਮਕਰਨ ਦੀਆਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਪ੍ਰਚਾਰ ਜਿਹੜਾ ਚੱਲ ਰਿਹਾ? ਮੇਰਾ ਨਾਮ ਹਰਵਿੰਦਰ ਸਿੰਘ ਆ, ਅਸੀਂ ਨਗਰ ਪੰਚਾਇਤ ਖੇਮਕਰਨ ਦੀਆਂ ਵੋਟਾਂ 'ਚ ਪੂਰਾ ਜ਼ੋਰ ਲਾਉਂਦੇ ਹਾਂ। ਮੇਰੀ ਮਾਤਾ ਜੀ ਕੁਲਵੰਤ ਕੌਰ ਜੋ ਕਿ 8 ਵਾਰਡ ਦੇ ਕੈਂਡੀਡੇਟ ਨੇ, ਸਾਨੂੰ ਸਾਰੇ ਵਾਰਡ ਦਾ ਬਹੁਤ ਭਰਵਾਂ ਹੁੰਗਾਰਾ ਹੈ,
ਜੋ ਕਿ ਪੂਰਾ ਸਾਥ ਦੇਂਦੇ ਸਾਡਾ ਉਹ ਮਤਲਬ ਅਸੀਂ ਪੂਰੀ ਧੂਮਧਾਮ ਨਾਲ ਜਿੱਤ ਪ੍ਰਾਪਤ ਕਰਾਂਗੇ। ਜਿਹੜੀ ਇਲੈਕਸ਼ਨ ਖੇਮਕਰਨ ਨਗਰ ਪੰਚਾਇਤ ਦੀ ਹੋਣ ਜਾ ਰਹੀ ਹੈ, ਮੈਂ ਮਨਦੀਪ ਕੌਰ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਾਂ। ਸਾਡੀ ਪਾਰਟੀ ਨੇ ਪਹਿਲਾਂ ਵੀ ਵਿਕਾਸ ਪੂਰੀ ਤਰ੍ਹਾਂ ਨਾਲ ਕਰਵਾਇਆ ਹੈ, ਹੁਣ ਵੀ ਅਸੀਂ ਵਿਕਾਸ ਦੇ ਮੁੱਦੇ ਨੂੰ ਲੈ ਕੇ ਲੋਕਾਂ ਵਿੱਚ ਜਾ ਰਹੇ ਹਾਂ। ਸਾਡਾ ਸਰਹੱਦੀ ਏਰੀਆ ਹੈ ਜਿਸ ਵਾਸਤੇ ਫੰਡਾਂ ਦੀ ਲੋੜ ਹੈ। ਸਾਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ, ਸਾਡੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋਣੀ ਚਾਹੀਦੀ। ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬੀ ਮਨਦੀਪ ਕੌਰ ਵੱਲੋਂ ਆਪਣੇ ਵਾਰਡ ਵਿੱਚ ਘਰ ਘਰ ਜਾ ਕੇ ਪ੍ਰਚਾਰ ਕੀਤਾ ਗਿਆ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਵਾਰਡ ਦੇ ਵੋਟਰਾਂ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਨੂੰ ਸਮਰਥਨ ਦੇਣਗੇ। ਬੀਬੀ ਮਨਦੀਪ ਕੌਰ ਅਤੇ ਉਹਨਾਂ ਦੇ ਪਤੀ ਦਾ ਕਹਿਣਾ ਸੀ ਕਿ ਪਹਿਲਾਂ ਵੀ ਸਾਡੀ ਪਾਰਟੀ ਦਾ MC ਇਸ ਵਾਰਡ ਤੋਂ ਪਰਮਜੀਤ ਸਿੰਘ ਪ੍ਰਧਾਨ ਨਗਰ ਪੰਚਾਇਤ ਖੇਮਕਰਨ ਸੀ, ਜਿਨ੍ਹਾਂ ਬੜਾ ਵਿਕਾਸ ਕਰਵਾਇਆ ਸੀ ਅਤੇ ਹੁਣ ਅਸੀਂ ਵੀ ਇਹ ਚੋਣ ਜਿੱਤ ਕੇ ਬਿਨਾਂ ਕਿਸੇ ਭੇਦਭਾਵ ਦੇ ਇਸ ਵਾਰਡ ਦਾ ਵਿਕਾਸ ਵੱਡੇ ਪੱਧਰ 'ਤੇ ਕਰਵਾਵਾਂਗੇ। ਇਸ ਲਈ ਅਸੀਂ ਵਾਰਡ ਨੰਬਰ 8 ਦੇ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਹੱਕ ਵਿੱਚ ਵੋਟਾਂ ਪਾਉਣ ਅਤੇ ਸਾਨੂੰ ਕਾਮਯਾਬ ਬਣਾਉਣ। ਚੋਣ ਲੜ ਰਹੇ ਹਾਂ, ਦਿਨ ਰਾਤ ਪ੍ਰਚਾਰ ਕਰ ਰਹੇ ਹਾਂ, ਸੰਗਤਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਵਾ, ਬਹੁਤ ਜ਼ਿਆਦਾ ਵਿਕਾਸ ਹੋਇਆ ਖੇਮਕਰਨ ਦੇ ਵਿੱਚ। ਪਹਿਲਾਂ ਵੀ ਇੱਥੇ ਸਰਦਾਰ ਪਰਮਜੀਤ ਸਿੰਘ ਸੰਧੂ ਪ੍ਰਧਾਨ ਰਹੇ ਨੇ, ਉਹਨਾਂ ਨੇ ਬਹੁਤ ਸ਼ਹਿਰ ਦਾ ਵਿਕਾਸ ਕਰਵਾਇਆ ਵਾ। ਪਾਰਟੀ ਦੇ ਮੰਨ ਲਓ ਪ੍ਰੋਫੈਸਰ ਵਿਰਸਾ ਸਿੰਘ ਵਲਟਵਾ ਜੀ, ਉਹਨਾਂ ਦੇ ਉੱਦਮਾਂ ਦੇ ਸਦਕਾ ਸਾਰਾ ਕੰਮ ਸ਼ਹਿਰ ਦਾ ਜਿਹੜਾ ਵਾ ਪੂਰਾ ਨੇਪਰੇ ਚੜ੍ਹਾਇਆ ਗਿਆ ਵਾ। ਜੇ ਕੋਈ ਕਮੀ ਪੇਸ਼ੀ ਰਹਿ ਗਈ ਆ, ਉਹ ਵੀ ਗਾਂਹ ਹੀ ਜਾਤ ਪਾਤ ਨੂੰ ਭੁਲਾ ਕੇ ਸਾਰਾ ਕੁਛ ਕਰਕੇ ਅਤੇ ਸੰਗਤਾਂ ਦੇ ਵਿੱਚ ਵਿਚਰਾਂਗੇ। ਹੁਣ ਆਗਿਆ ਮੰਗਦੇ ਹਾਂ, ਇਜਾਜ਼ਤ ਦਿਓ, ਧੰਨਵਾਦ।